85 2 ਆ ਲਾਉਣੀ ਯਾਰ ਅੱਜ ਨਹੀਂ ਆ ਤਾਂ ਕੰਮ ਸਰੇ ਲੱਗ ਗਿਆ ਪੱਤੀ ਪੱਤੀਆਂ ਦੇ ਇਧਰ ਨੂੰ ਮਰਜ਼ੀ ਦੇਖ ਲੋ ਗੱਡੀ ਦੀ ਹਾਈਟ ਬਹੁਤ ਜ਼ਿਆਦਾ ਹੈ ਨਾ ਕਿੰਨੀਆਂ ਸਪੋਰਟਾਂ ਕਿਸੇ ਨੇ ਲਾਈਆਂ ਆਪਣੇ ਪਿੰਡ ਲਈ ਵਰਖਾ ਤੇ ਬਣਾਉਣ ਲੱਗੇ ਸ਼ਿਕਾਰ ਮਿੱਤਰੋ ਸਵਾਗਤ ਕਰਦੇ ਨਵੀਂ ਵੀਡੀਓ ਦੇ ਅੱਜ ਕੋਈ ਸਾਨੂੰ ਹੋਰ ਅਨੋਖਾ ਦਿਖਾਉਣੇ ਆ ਵੀ ਛੱਡਤੀ ਟਰੈਕਟਰ ਵੀ ਛੱਡਤਾ ਉਹ ਹੜੀਆ ਸਕਾਰਪੀ ਦਿਖਾਉਣੇ ਅੱਜ ਇਹਨੂੰ ਅੱਜ 4x4 ਵਾਲੀ ਲੁੱਕ ਦੇ ਦੇਣੀ ਆ ਬਸ ਇੱਕ ਲੋਕਾਂ ਦੀ ਵਜ੍ਹਾ ਨਾਲ ਲੋਕੀ ਆ ਭੰਨੀ ਜਾਂਦੇ ਪਿੱਛੇ ਮਾਰ ਮਾਰ ਕੇ ਕੁਛ ਕਾਰਾ ਕਰਾਉਂਦੇ ਆ ਇਹਦੀ ਲੁੱਕ ਦੇਖਿਓ ਕਰ ਇੱਕ ਮਿੰਟ ਚੁਕਾਈ ਬਹੁਤ ਆ ਗੱਡੀ ਇਹ ਟਾਇਰ ਜੇ ਵੱਡਾ ਪਾਇਆ ਕਰਕੇ ਨਾ ਮੂਹਰੋਂ ਚੁਕਾਈ ਬਹੁਤ ਹੋਈ ਹੈ ਝੂਟੀ ਹੋਈ ਹੈ ਕਹਿੰਦਾ ਝੂਟੀ ਹੋਈ ਮੇਰੇ ਵੀਰੋ ਦੇਖੋ ਲੈ ਆਮ ਸਕਾਰਪੀਓ ਤਾਂ ਬਹੁਤ ਉੱਚੀ ਆ ਮੂਹਰੋਂ ਬਹੁਤ ਉੱਚੀ ਗੱਡੀ ਹੈ ਹਾਂਜੀ ਮੋਗੇ ਆ ਚੁੱਕੇ ਹਾਂ ਖਤਿਆਰ ਸਿੰਘ ਜੰਡੂ ਮਲਕੀਤ ਬਾਈ ਉਹਨਾਂ ਕੋਲ ਝੋਟੀ ਨੂੰ ਲੈ ਕੇ ਬੰਪਰ ਉੰਪਰ ਦਾ ਪੱਟਦਾ ਇੱਧਰ ਪਿਆ ਆਹ ਬੰਦਾ ਕੈਮਰੇ ਤੋਂ ਬਹੁਤ ਸੰਗਦਾ ਬੰਪਰ ਇਹਦੇ ਆਹ ਪਏ ਨੇ ਆਹ ਦੇੜ ਛੱਡੀ ਉਸ ਸਕਾਰਪੀਓ ਝੋਟਾ ਕਰਾਂ ਹੈਂ ਉਹ ਟਾਇਰ 285 ਕਿਹੜੇ ਸੀਗੇ 50 ਹੈ ਨਾ ਯੋਕੋ ਹਮੇ ਮੇਰੀ ਵੀਡੀਓ ਬਹੁਤ ਮਹਿੰਗੇ ਪਏ ਸੀ ਕੀ ਕਰ ਰਹੇ ਹਾਂ ਜੀ ਆਪਾਂ ਅੱਜ S10 ਦੇ ਕੋਲ ਓ S11 ਪਹਿਲਾਂ ਹੀ ਗਲਤ ਕਰ ਗਿਆ ਯਾਰ ਗੱਡੀ ਇਹ ਤਾਂ ਕਬੱਡੀ ਵਾਲਾ ਬਾਬਾ ਨਹੀਂ ਜਿਹੜਾ ਕਹਿੰਦਾ ਸਾਡੇ ਬਾਪੂ ਜੀ ਉਹ ਕੰਮ ਕਰ ਗਏ ਆਹੋ ਇਹੀ ਗੱਲ ਆ ਸਹੀ ਗੱਲ ਆ ਤੇ ਪੱਟ ਲਈ ਆ ਦੇੜ ਲਈ ਆ ਗੱਡੀ ਇੱਥੋਂ ਆਹ ਲਾਉਣੀ ਯਾਰ ਅੱਜ ਚੱਕੂ ਜੀ ਹੁੱਕ ਹੈਂ ਆਹ ਲੈ ਵੀਰੇ ਕਿੰਨੇ ਰੁਪਈਏ ਲੱਗ ਗਏ ਬਹੁਤ ਮੈਂ ਕਿਹੜਾ ਦੱਸ ਰਿਹਾ ਫਿਰ ਤਾਂ ਹੀ ਦੱਸ ਨਹੀਂ ਰਿਹਾ ਦੱਸਦਾ ਇਹ ਤਾਂ ਉਹੀ ਦੱਸਣੇ ਨਹੀਂ ਹੈਗੇ ਵੀਡੀਓ ਬੰਦ ਤੇ ਦੱਸ ਦੇਣਾ ਨਾ ਨਾ ਵੀਡੀਓ ਨਹੀਂ ਦੱਸਣਾ ਹੈਗਾ ਆਹ ਰੌਕ ਫੂਡ ਉਹ ਯਾਰ ਚਲਾ ਬਾਅਦ ਦੇਖਦਾ ਚਲਾ ਕੇ ਚੱਲ ਹੁੱਕ ਦਾ ਕੰਮ ਕਰ ਲਈਏ ਪਹਿਲਾਂ ਤੇ ਇਹਦੇ ਹੁੱਕ ਲੱਗਣੀ ਆ ਹੁੱਕ ਲਾਉਣੀ ਕਿਉਂ ਆ ਵੈਸੇ ਪਾਉਣਾ ਗੇਅਰ ਪਿੱਛੇ ਤੂੰ ਇੱਕ ਲੋਕਾਂ ਤੋਂ ਗੱਡੀ ਬਚਾਉਣੀ ਆ ਉਹਦੀ ਪਿੱਛੇ ਲੈ ਕੇ ਬੰਦੇ ਗੱਡੀ ਠੋਕ ਦਿੰਦੇ ਹੁਣ ਉਹ ਕਾਲਾ ਜਿਹਾ ਦਿਖਾਉਂਦੇ ਬਿੰਗਾ ਹੋਇਆ ਬਸ ਉਹ ਲਾਉਣਾ ਹੁਣ ਬੰਪਰ ਲੱਗਿਆ ਬੜਾ ਲੱਗਦਾ ਸਕਾਰਪੀਓ ਦੇ ਤਾਂ ਕਰਕੇ ਹੁੱਕ ਲਵਾ ਦੇਣੀ ਆ ਵੀ ਪਿੱਛੋਂ ਜਿਹੜਾ ਲਿਆ ਕੇ ਠੋਕੇ ਆਪਦੇ ਨੁਕਸਾਨ ਹੋਵੇ ਹਾਂ ਟਰਾਲੀ ਪਿਆ ਕਰਨੀ ਆ ਵੱਡੀ ਹਰੀ ਇਹਦੇ ਪਿੱਛੇ ਫਿਰ ਇਹਨਾਂ ਨੇ ਖਿੱਚਣੀ ਹੈ ਹੋਰ ਕੀ ਆ ਬਾਕੀ ਚਲੋ ਹੁੱਕ ਹੁੱਕ ਦਿਖਾਉਂਦੇ ਆ ਪ੍ਰੋਜੈਕਟ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਇੱਧਰ ਹੱਥ ਜੇ ਤੁਸੀਂ ਕਿਸੇ ਨੇ ਦੇਖੀ ਹੋਵੇ ਮੈਨੂੰ ਬਾਈ ਨੇ ਲਿੰਕ ਭੇਜਿਆ ਸੀ ਯਾਰ ਮੈਂ ਨਾ ਤਾਂ ਹੁਣ ਪਤਾ ਨਹੀਂ ਕਿਹਦਾ ਵਾ ਮੋਨਸਟਰ 002 ਕੁਛ ਨਾਂ ਇਹਦਾ ਗੱਡੀ ਦਾ ਟਾਇਰ ਬਹੁਤ ਵੱਡੇ ਇਹਦੇ ਅਰੇ ਪਰ ਮੇਰੇ ਚੌੜਾ ਪੈਣ ਵਾਲਾ 8 ਇੰਚ ਹੁਣ ਆਪਣੇ ਲਈ ਇਹਦੇ 11 ਇੰਚ ਨਿੰਮ ਪਿਆ ਹੋਇਆ ਟਾਇਰ ਦੀ ਚੌੜਾਈ ਦਿਖਾਉਣਾ ਹੁਣ ਕਿੰਨੀ ਆ ਉਹੀ 20 ਇੰਚ ਦੇ ਟਾਇਰ ਦੀ ਚੌੜਾਈ ਦੇਖ ਲਓ ਅਸੀਂ ਟਾਇਰੇ ਪਾਈ ਬੈਠਦੇ ਹਾਂ ਰਿਮ ਥੋੜ੍ਹੇ ਜਿਹੇ ਪਤਲੇ ਲੱਗੇ ਸਾਨੂੰ ਟਾਇਰ ਡਾ ਹਾਈਟ ਬਹੁਤ ਆ ਟਾਇਰ ਦੀ ਰਿਮ ਇਹਦੇ ਘੱਟੋ ਘੱਟ 10 ਇੰਚ ਚਾਹੀਦਾ ਵੈਸੇ ਜੇ 12 ਚਲ ਮਿਲ ਜਾਵੇ ਕਿਤੇ ਹੋਰ ਗੱਲ ਆ ਪਰ 10 ਤਾਂ ਚਾਹੀਦਾ 8 ਬਾਹਲਾ ਜ਼ਿਆਦਾ ਉਹ ਆ ਟਾਇਰ ਦੀ ਚੜਾਈ ਘਟਾ ਦੀ ਹਾਂ ਪਰ ਨਹੀਂ ਚੜਾਈ ਬਾਹਲੀ ਘਟੀ ਹੋਈ ਹੈ ਇਹਦੀ ਹਾਂ ਉਹ ਰਿਮ ਪਤਲਾ ਰਿਮ ਦੂਜਾ ਆ ਨਾ ਬਾਈ ਰਿਮ 8 ਇੰਚ ਹੀ ਆ ਟਾਇਰ ਤਾਂ ਵੱਡੇ ਰਿਮਾਂ ਚੜ੍ਹਨ ਵਾਲੇ ਆ ਇਹ ਵੱਡੇ ਰਿਮ ਚੜ੍ਹ ਕੇ ਇਹਨੇ ਬਹੁਤ ਚੌੜਾ ਹੋ ਜਾਣਾ ਦੋਨੇ ਪਾਸੇ ਕਟਾਈ ਕਟੂਈ ਵੀ ਕੀਤੀ ਇਹ ਉਹ ਵੀ ਹੋ ਸਕਦਾ ਹਾਂ ਖਤਰਨਾਕ ਚੀਜ਼ ਆ ਉਹ ਬਾਈ ਕੀ ਨਾਂ ਸੀ ਕਿਹਦੀ ਗੱਡੀ ਆ ਇਹ ਡਿਗਰੀ ਵਾਲਾ ਬਾਈ ਆ ਚੱਕੀ ਨੀ ਹੋਈ ਸੀ ਨਾ ਹੁਣ ਬਹੁਤ ਚੱਕੀ ਗੱਡੀ ਅਰੇ ਜਿਹੜਾ ਆਹ ਲੱਗਿਆ ਨਾ ਓਰੀਜਨਲ ਰੈਂਗਲਰ ਦਾ ਹੈ ਉਹ ਬਾਈ ਡਬਈਓ ਮੰਗਾਇਆ ਸੀ ਇਹ ਹਾਂ ਵੀਰੇ ਹਾਂ ਇਹ ਡਬਈ ਤੋਂ ਓਰੀਜਨਲ ਰੈਂਗਲਰ ਦਾ ਚਾਈਨਾ ਹਾਂ ਚਾਈਨਾ ਪਤਾ ਨਹੀਂ ਪਾਰਾ ਬਹੁਤ ਜ਼ਿਆਦਾ ਹੈ ਚੱਕ ਇਹਦੇ ਅੰਦਰ ਆ ਵੀ ਲੱਗੇ ਹੋਏ ਆ ਸਾਲੇ ਇੰਜਨ ਤਾਂ ਪਤਾ ਨਹੀਂ ਕਿਹੜਾ ਇਹਦੇ ਵਿੱਚ ਸਕਾਰਪੀਓ ਸਕੂਰਪੀਓ ਵਾਲਾ ਲੱਗ ਰਿਹਾ ਮੈਨੂੰ ਦੇਖਣ ਨੂੰ ਪਰ ਗੱਡੀ ਸੋਹਣੀ ਤਿਆਰ ਹੋ ਰਹੀ ਹੈ ਆਹ ਲੱਗਿਆ ਬਾਈ ਦਾ ਲੋਗੋ ਹੁਣ
ਪਤਾ ਨਹੀਂ ਮੈਂ ਮੇਰੀ ਨੌਲੇਜ ਨਹੀਂ ਹੈਗੇ ਪਰ ਬਸ ਬਾਈ ਨੂੰ ਇਹਨੂੰ ਲਿੰਕ ਭੇਜਿਆ ਇੱਕ ਵਾਰੀ ਮੈਂ ਉਹਦਾ ਵੀਡੀਓ ਦੇਖੀ ਸੀਗੀ ਖੂਹ ਵਾਲੇ ਬਾਈ ਦੀ ਮੈਂ ਜ਼ਰੂਰ ਦੇਖੀ ਆ ਵੀਡੀਓ ਉਹਨੇ ਵੀ ਇੱਕ ਵਾਰ ਇੱਥੇ ਆ ਕੇ ਪਾਈ ਸੀਗੀ ਝੋਟਾ ਕਹਿੰਦੇ ਤਿਆਰ ਹੋ ਰਿਹਾ ਗੱਡੀ ਉੱਚੀ ਬਹੁਤ ਜ਼ਿਆਦਾ ਜਾ ਰਹੀ ਆ ਬਾਕੀ ਚਲੋ ਹਾਲੇ ਤਾਂ ਬਾਕੀ ਚੀਜ਼ਾਂ ਬਾਅਦ 'ਚੋਂ ਪਤਾ ਲੱਗਣੀਆਂ ਵੀ ਐਡੇ ਟਾਇਰ ਪੈ ਜਾਣੇ ਜਦੋਂ ਗੱਡੀ ਦੇ ਨਾ ਐਡੀ ਹਾਈਟ ਚੱਕੀ ਜਾਵੇ ਗੱਡੀ ਆਪਣੇ ਆਪ ਸੋਹਣੀ ਲੱਗਣ ਲੱਗ ਜਾਂਦੀ ਆ ਕਿਉਂਕਿ ਚੱਕੀ ਬਹੁਤ ਹੈਗੀ ਆ ਗੱਡੀ ਉਹ ਮੈਂ ਭਰਾਵਾ ਤੇਰੀ ਇੰਟਰਵਿਊ ਕਰਦਾ ਸੀ ਤੂੰ ਪਿੱਛੇ ਸੰਗ ਗਿਆ ਨਾ ਮੈਂ ਤੇਰੀ ਉਦੋਂ ਕਰਾਈ ਜਿਹੜੀ ਆਹ ਸੀਗੀ ਆਪਣੀ ਜਿਹੜੀ ਆਪਣੀ ਉਹ ਨੀ ਬੈਟਰੀ ਵਾਲੀ ਕਾਰ ਉਹਦੀਆਂ ਵੀਡੀਓ ਪਾਈਆਂ ਤਾਂ ਹੈਗੀਆਂ ਬੋਰਡ ਬਾਰਡ ਮੈਂ ਨੰਬਰ ਦੇ ਦਿੰਦਾ ਉਹਨਾਂ ਆਪਾਂ ਸਪੈਸ਼ਲ ਹੀ ਕਰ ਦਿੰਦੇ ਹਾਂ ਲੈ ਯਾਰ ਗੱਲ ਹੈ ਕੋਈ ਮੋਗਾ ਦੇ ਬਾਈ ਕਿਸੇ ਨੇ ਜਿਹੜੀ ਆਪਣੇ ਦੀ ਥਾਰ ਆ ਸਾਰੀ ਦੀ ਸਾਰੀ ਇੱਥੋਂ ਤਿਆਰ ਹੋਈ ਆ ਸਾਰੀ ਦੀ ਸਾਰੀ ਏ ਟੂ ਜੈਡ ਇਕੱਲੇ ਟਾਇਰ ਆਪਣੇ ਲੁਧਿਆਣੇ ਪਏ ਸੀ ਬਾਕੀ ਦੇਖ ਲਓ ਤੁਸੀਂ ਰੋਕ ਕੇ ਪੜ ਸਕਦੇ ਹੋ ਜਿੰਨੀ ਆਪਣੀ ਥਾਰ ਤਿਆਰ ਹੋਣਾ ਸਕਾਰਪੀਓ ਬਈ ਜੇ ਆਪਾਂ ਕਹੀਏ ਹੁਣ ਇਹ ਤਾਂ ਗੱਡੀਆਂ ਨੇ ਜੀਪਾਂ ਦਾ ਬੰਦਾ ਇੱਥੋਂ ਮਰਜ਼ੀ ਕਰਾ ਲਵੇ ਹੈ ਨਾ ਗੱਡੀ ਦੇ ਵੀ ਇਹੀ ਕੰਮ ਭਰੋਸੇ ਲੈ ਕੇ ਆ ਰਹੇ ਹਾਂ ਹੁੱਕ ਲਵਾਉਣੀ ਆ ਸਾਨੂੰ ਪਤਾ ਵੀ ਸਫਾਈ ਵਾਲਾ ਕੰਮ ਜਨਾਬ ਨਹੀਂ ਕਰਨਾ ਬਾਕੀ ਕੰਮ ਆਲ ਰਾਊਂਡਰ ਹੀ ਆ ਇੱਧਰ ਤੁਸੀਂ ਆਪਣੀ ਇੰਸਟਾਗ੍ਰਾਮ 'ਤੇ ਜੇ ਪਹਿਲਾਂ ਗਏ ਹੋਵੋ ਆਹ ਦੇਖੀਓ ਹਰੇ ਅੰਦਰੋਂ ਦਿਖਾਵਾਂ ਤੁਹਾਨੂੰ ਹੁਣ ਤਾਂ ਬਹੁਤ ਸੋਹਣੀ ਗੱਡੀ ਤਿਆਰ ਹੋਈ ਸਾਰੀ ਬਾਈ ਨੇ ਇੱਥੇ ਕੀਤੀ ਸੀਗੀ ਇਹਦੀਆਂ ਪੇਮੈਂਟ ਅੜ ਗਈਆਂ ਜਿਹੜੇ ਬੰਦੇ ਨੇ ਤਿਆਰ ਕਰਾਈ ਸੀ ਉਹਨੂੰ ਕੋਈ ਜਾਣੀ ਪ੍ਰੋਬਲਮ ਆ ਗਈ ਸੀਗੀ ਪੈਸੇ ਪੁਸਿਆਂ ਵੱਲੋਂ ਜਿਵੇਂ ਵੀ ਲਾ ਲਓ ਗੱਡੀ ਨੂੰ ਖੜੀ ਨੂੰ ਬਹੁਤ ਟਾਈਮ ਹੋ ਗਿਆ ਸਾਰੀ ਪੇਂਟ ਜੋਬ ਗੱਡੀ ਦਾ ਰੰਗ ਲਿਆ ਹੋਇਆ ਸੀ ਨਿਕਲ ਤੋਂ ਅੰਦਾਜ਼ਾ ਲਾ ਸਕਦੇ ਹੋ ਨਿਕਲ ਨਹੀਂ ਬਾਈ ਉਹਨਾਂ ਨੇ ਪਾਇਆ ਉਹ ਬਾਈ ਕਹਿੰਦੀ ਵੀ ਆਪ ਹੀ ਪਾਊ ਸਾਰੀ ਗੱਡੀ ਪੇਂਟ ਅੰਦਰੋਂ ਬਾਹਰੋਂ ਏ ਸੀ ਪਾਵਰ ਸਟੇਅਰਿੰਗ ਜੋ ਵੀ ਆ ਗੱਡੀ ਮੈਂ ਚਲਾਈ ਆ ਖੁਦ ਇਹ ਮੇਰੇ ਕੋਲ ਹਫ਼ਤਾ ਰਹੀ ਸੀ ਗੱਡੀ ਇੰਸਟਾਗ੍ਰਾਮ 'ਤੇ ਬਹੁਤ ਪੁਰਾਣੀਆਂ ਇਹਦੀਆਂ ਰੀਲਾਂ ਰੂਲਾਂ ਸੀਗੀਆਂ ਮੇਰੀਆਂ ਸਾਰੀਆਂ ਗੱਡੀਆਂ ਨਾਲ ਕੰਮ ਕਰ ਦਿੰਦਾ ਬਾਈ ਅਜਾ ਦੇ ਭਾਈ ਦਾ ਉਹ ਕਰਨ ਲੱਗੇ ਹੋਇਆ ਸੀ ਸ਼ਾਰਟ ਆਊਟ ਪਾਉਣ ਲੱਗੇ ਹੋਇਆ ਜਗਾੜ ਕੀ ਚੱਕ ਲਿਆ ਇਹ ਤਾਰਾਂ ਨੇ ਬਾਈ ਨੇ ਕੰਮ ਤਾਂ ਬਾਕੀ ਅੱਜ ਬਾਈ ਬਹੁਤ ਚੱਕ ਲਿਆ ਇੱਕ ਹੋਰ ਚੀਜ਼ ਦਿਖਾ ਰਹੀ ਆਪਾਂ ਹੁਣ ਜੇ ਬਾਈ ਦੀ ਅੱਜ ਪ੍ਰਮੋਸ਼ਨ ਤੇ ਹੀ ਆਈ ਗਏ ਕਿਉਂ ਜੰਮੀ ਦੇਖੋ ਇੱਧਰ ਨਿਕਲਦਾ ਕੰਮ ਚੱਲਦਾ ਬਾਈ ਨੇ ਇਹ ਕੰਮ ਵੀ ਕਰ ਲਏ ਗੋਲਡਨ ਨਿਕਲ ਤੇ ਜਿਹੜਾ ਸਿਲਵਰ ਗੋਲਡ ਤੇ ਜਿਹੜਾ ਗੋਲਡ ਵਾਲਾ ਨਿਕਲ ਹੁੰਦਾ ਵਾ ਜਿਵੇਂ ਕਿ ਜਿਵੇਂ ਆਹ ਵਾਲਾ ਇਹ ਜਿਹੜਾ ਨਿਕਲ ਵੀ ਬਾਈ ਹੁਣੀ ਕਰ ਦਿੰਦੇ ਇੱਥੇ ਜੇ ਕਿਸੇ ਨੇ ਕਰਾਉਣਾ ਹੋਵੇ ਕੁਛ ਵੀ ਜਿਵੇਂ ਆਹ ਚੀਜ਼ਾਂ ਤਾਂਬੇ ਵਾਂਗੂ ਨਹੀਂ ਬਣ ਜਾਂਦਾ ਹੁੰਦਾ ਮੈਂ ਤੁਹਾਨੂੰ ਲੱਭ ਕੇ ਦਿਖਾਵਾਂ ਆਹ ਦੇਖੋ ਜੀ ਇਹਦੇ ਵਿੱਚ ਜਾਮ ਨਹੀਂ ਹੁੰਦਾ ਜਿਹੜੀ ਗੋਲਡ ਦੀ ਨਿਕਲ ਜਾਣੀ ਇਹਨੂੰ ਵੀ ਨਿਕਲ ਕਹਿ ਦਿੰਦੇ ਆ ਉਹ ਨਿਕਲ ਨਹੀਂ ਹੁੰਦਾ ਇਹ ਗੋਲਡ ਹੁੰਦਾ ਵਿੱਚੋਂ ਇਹਦੇ ਜਾਮ ਨਹੀਂ ਝਾਕ ਬਾਈ ਦੀ ਹੁੰਦੀ ਆ ਇਹਦੀ ਲਾਈਫ ਬਹੁਤ ਹੁੰਦੀ ਆ ਚੀਜ਼ ਦੀ ਅਤੇ ਆਹ ਮਸ਼ੀਨਾਂ ਡਿਪ ਹੁੰਦੀ ਆ ਇਹ ਸਾਰੀ 'ਚ ਆਹ ਡਿੱਪਾਂ ਤਿੰਨ ਆਹ ਪਈਆਂ ਨੇ ਆਹ ਇਹਦੀ ਮਸ਼ੀਨ ਆ ਕਰੰਟ ਪਤਾ ਨਹੀਂ ਕੀ ਹਿਸਾਬ ਤਾਂ ਵਿੱਚ ਛੱਡ ਕੇ ਡਬੋ ਕੇ ਰੱਖਣੀਆਂ ਹੁੰਦੀਆਂ ਨੇ ਇਹ ਅਤੇ ਸੇਮ ਚੀਜ਼ ਹੀ ਆਹ ਪਈ ਆ ਜਿਵੇਂ ਆਹ ਸਾਰਾ ਜਗਾੜੇ ਦਾ ਬਹੁਤ ਵੱਡਾ ਹੁੰਦਾ ਪਾਣੀ ਅਲੱਗ ਨੇ ਸਾਰੇ ਇਹਦੇ ਅਤੇ ਬਾਕੀ ਆਹ ਚੀਜ਼ ਆ ਜਿਹੜੀ ਆਪਾਂ ਦੇਖਦੇ ਹਾਂ ਹੈ ਨਾ ਹੱਥ ਤੱਕ ਆਉਣਾ ਨਾ ਇਹ ਕੰਮ ਵੀ ਬਾਈ ਹੁਣੀ ਕਰ ਦਿੰਦੇ ਜੇ ਕਿਸੇ ਨੇ ਕਰਾਉਣਾ ਹੋਵੇ ਬਾਕੀ ਆਹ ਦੇਖੋ ਝੋਟਾ ਤਿਆਰ ਹੋ ਰਿਹਾ ਬਾਈ ਉਹਨਾਂ ਨੇ ਬਹੁਤ ਕੀਤੀਆਂ ਨੇ ਇਹ ਰੈਂਗਲਰਾਂ ਤਾਂ ਪਤਾ ਨਹੀਂ ਰਹਿ ਅਸਲ ਮੈਂ ਰਹਿਣਾ ਬਣਾ ਪਤਾ ਨਹੀਂ ਕਿੰਨੀਆਂ ਕੱਢਤੀਆਂ ਬਾਈ ਉਹਨਾਂ ਨੇ ਅੱਖੀਂ ਦੇਖੀਆਂ ਬਾਕੀ ਯਾਰ ਮੁੱਕਦੀ ਗੱਲ ਆਪਣੇ ਥਾਰ ਤੁਸੀਂ ਦੇਖੀ ਹੋਈ ਆ 2013 ਮਾਡਲ ਆ ਡੀ ਆਈ ਉਹਦਾ ਅੱਜ ਤੱਕ ਜਿੰਨਾ ਕੰਮ ਹੋਇਆ ਸਾਰਾ ਦਾ ਸਾਰਾ ਇੱਥੋਂ ਹੋਇਆ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਅਤੇ ਹੁਣ ਲੱਗ ਹੀ ਗਏ ਹਾਂ ਜਦੋਂ ਬਾਈ ਨੇ ਪਹਿਲੀ ਰੈਂਗਲਰ ਬਣਾਈ ਆ ਆਹ ਮਾਡਲ ਲੈ ਕੇ ਆਉਂਦਾ ਸੀ ਬਾਹਰੋਂ ਮੰਗਵਾਇਆ ਸੀਗਾ ਠੀਕ ਹੈ ਜੀ ਟਾਕੀਆਂ ਖੁੱਲਦੀਆਂ ਜੀ ਸਾਰਾ ਕੁਛ ਇਹ ਮਾਡਲ ਨੂੰ ਦੇਖ ਕੇ ਰੈਂਗਲਰ ਤਿਆਰ ਕਰਤੀ ਸੀ ਡਿੱਟੋ ਰੰਗ ਉਹਦਾ ਕਾਲਾ ਖਣੀ ਚਿੱਟਾ ਸੀਗਾ ਆਹ ਚੀਜ਼ ਤਿਆਰ ਕਰਤੀ ਦੇਖ ਦੇਖ ਕੇ ਬਾਈ ਮੈਂ ਇਹੀ ਕਹਿਣਾ ਚਾਹੁੰਦਾ ਵੀ ਜੇ ਕਿਸੇ ਨੇ ਤਿਆਰ ਕਰਵਾਉਣੀ ਹੋਵੇ ਮੈਂ ਤਾਂ ਦੇਖੀਆਂ ਨੇ ਗੱਡੀਆਂ ਬਹੁਤ ਸੋਹਣੀਆਂ ਤਿਆਰ ਹੋਈਆਂ ਸੀਗੀਆਂ ਤੱਕਲੀ ਵੀਰੇ ਬਾਕੀ ਚਲੋ ਇਹ ਦੇਖਦੇ ਕਿਵੇਂ ਫਿੱਟ ਹੁੰਦੀ ਤੁਹਾਨੂੰ ਦਿਖਾਉਂਦੇ ਨਾਲੇ ਇਹ ਲਵਾ ਤਾਂ ਅਸੀਂ ਸ਼ੋਅ ਨਹੀਂ ਰਹੇ ਹਾਂ ਵੈਸੇ ਸੋਹਣੀ ਲੱਗਦੀ ਹੈ ਥੋੜ੍ਹੀ ਜਿਹੀ 4x4 ਵਾਲੀ ਲੁੱਕ ਆ ਜਾਂਦੀ ਹੈ ਅਤੇ ਨਾਲੇ ਆਪਦੀ ਸੇਫਟੀ ਹੈ ਪਿੱਛੋਂ ਕੁਛ ਆ ਕੇ ਵੱਜੇ ਹੋਰ ਤਾਂ ਕੁਛ ਨਹੀਂ ਟਰਾਲੀ ਟਰੂਲੀ ਤਾਂ ਕਦੇ ਪਾਉਣੀ ਹੁੰਦੀ ਆ ਬੰਦੇ ਨੇ ਥਾਰ ਹੈਗੀ ਇਹਦੇ ਕੋਲ ਵੀ
ਟਰਾਲੀ ਪਾਉਣੀ ਅਗਲਾ ਥਾਰ ਪਿੱਛੇ ਪਾ ਲੈਂਦਾ। ਮੇਨ ਰੀਜ਼ਨ ਆਹ ਵਾ, ਆਹ ਦੇਖੋ ਇਹ ਵਿੰਗਾ ਹੋਇਆ ਹੋਇਆ, ਪਿੱਛੋਂ ਲਿਆ ਕੇ ਕੋਈ ਨਾ ਕੋਈ ਗੱਡੀ ਠੋਕ ਦਿੰਦਾ। ਹੁਣ ਬੰਪਰ ਦਾ ਪਲਾਸਟਿਕ ਦਾ ਮਿੰਟ 'ਚ ਅੰਦਰ ਵੜ ਜਾਂਦਾ, ਇਹ ਬੰਪਰ ਤੋਂ ਬਾਹਰ ਆ ਜਾਣੀ ਆ, ਜਿਵੇਂ ਆਹ ਚੀਜ਼ ਤੋਂ ਬਾਹਰ ਆ ਜਾਣੀ ਆ ਹੁੱਕ, ਅਤੇ ਸੇਫਟੀ ਆ ਬਸ, ਹੋਰ ਕੁਛ ਨਹੀਂ। ਉਹ ਭਰਾਵਾ ਹਾਰ ਨਹੀਂ ਉੱਪਰ ਇਲੈਕਟ੍ਰਿਕ ਆਇਆ ਤਾਂ ਇਹ ਹਾਰ ਨਹੀਂ ਬਹੁਤ ਜ਼ਬਰਨਾਕ ਲਾਤਾ, ਇਹਦੀ ਗੱਲ ਕਰਦਾ ਸੀ ਮੈਂ। ਇਹ ਆ ਝੋਟਾ ਹੈ, ਦੇਖੋ ਇਹ ਵੀ ਸਾਰੀ ਇੱਥੇ ਆਪ ਹੀ ਤਿਆਰ ਹੋਈ ਹੈ। ਵੱਡੀ ਬੁੱਢੀ ਵੱਢ ਵੁੱਢ ਕੇ ਕੱਢੀ ਬੰਦੇ ਨੇ ਇਲੈਕਟ੍ਰਿਕ ਆ ਜੀ ਵੇ। ਮਾਘੀ ਮੇਲੇ ਦੇ ਮਿਲੇ ਮੈਨੂੰ ਉੱਥੇ ਹੋਣੀ। ਉਹ ਲੈਟ ਦਿਖਾ ਉਸਤਾਦ, ਨਵੀਂ ਕਾਰਡ ਕੱਢੀ ਇੱਕ, ਉਹ ਆ ਇਹ ਲੇਜ਼ਰ, ਹੌਲੀ ਬੜੀ ਆ ਵੈਸੇ ਹਨਾ। ਕਿਹੜੀ ਦੀਆਂ ਨੇ? ਡੋਟ ਸੇਲ ਜਿਹੜੀਆਂ ਹੈਡਲਾਈਟਾਂ ਜਿਹੜੀਆਂ ਹੁੰਦੀਆਂ, ਸੈਂਪਲ ਜਿਹੜੀਆਂ ਹੁੰਦੀਆਂ। ਡੋਟ ਸੇਲ? ਅੱਛਾ ਕੁਛ ਡੋਟ ਸੇਲ ਪਤਾ ਨਹੀਂ ਆਉਂਦੇ। ਆਹੋ ਹਾਂ ਡੋਟ ਸੇਲ ਲਿਖਿਆ ਨਹੀਂ ਆ ਵੀ ਓਏ ਫੜ ਲੈ। ਇਹ ਲਾਈਟਾਂ ਬਹੁਤ ਟਾਈਮ ਦੀ ਉਡੀਕ ਆ, ਜਦੋਂ ਦੀ ਮੈਨੂੰ ਇਹਨਾਂ ਨੇ ਵੀਡੀਓ ਭੇਜੀ ਆ ਮੈਂ ਉਦੋਂ ਉਡੀਕੀ ਆ ਨਾ ਵੀ ਕਿੱਦਣ ਮੋਗੇ ਕਿਹੜਾ ਲੱਗੂ, ਕਿੱਦਣ ਮੋਗੇ ਕਿਹੜਾ ਲੱਗੂ। ਜਮੀ ਲਵਾਉਣੀ ਆ ਵੇ ਲਾਈਟਾਂ ਦੇਖ। ਆਹ ਲਓ ਜੀ ਆਹ ਇੰਡੀਕੇਟਰ ਆ ਗਿਆ। ਓਹੋ ਇਹਦਾ ਸਿੱਧੀ ਆ ਗਈ ਭਰਾਵਾ, ਸਿੱਧੀ ਲਾਈਟ ਆ ਗਈ। ਇੰਡੀਕੇਟਰ ਚਲਾਓ ਪਹਿਲਾਂ, ਗਲਤ ਚੱਲ ਪਿਆ, ਗਲਤ ਚੱਲ ਗਈ। ਇਹ ਪਾਰਕਿੰਗ ਆ ਗਈ ਜੀ, ਪਹਿਲਾਂ ਵਾਲੀ ਵਾਂਗੂ ਹੀ ਆ ਜਿਵੇਂ ਆਪਣੇ ਲੱਗੀਆਂ ਸੀਗੀਆਂ। ਅੱਛਾ ਇਹ ਤਾਂ ਫਿਰ ਆਪਣੀਆਂ ਹੈਡਲਾਈਟਾਂ ਥੱਲੇ ਸੇਮ ਹੋ ਜਾਣੀਆਂ, ਹੈਡਲਾਈਟਾਂ ਵੀ ਆਪਣੀਆਂ ਆਈਆਂ। ਠੀਕ ਆ ਜੀ, ਇਹਦੇ ਵਿੱਚ ਉਹ ਰੈੱਡ ਜੀ ਵੀ ਲੈਡ ਜੀ ਮਾਰਦਾ ਜਗਾਈ ਪਾਰਕਿੰਗ ਜਗਾਈ ਲਾਈ ਵੀਰੇ। ਹਾਂ ਵਿੱਚੋਂ ਮਾੜੀ ਜੀ ਸ਼ਾਈਨ ਮਾਰਦਾ ਨਾ, ਵਿੱਚੋਂ ਲਾਲ ਕੱਢ ਰਿਹਾ। ਅੱਗੇ ਜੀ, ਅੱਗੇ ਤਾਂ ਫਿਰ ਸਾਰਾ ਕੁਝ ਇਕੱਠਾ ਹੀ ਹੈ ਜੀ। ਹਾਂ ਬਸ ਹੁਣ ਉਹੀ ਆ ਮੇਨ ਜਗ੍ਹਾ ਦੇ। ਚਲੋ ਆਏ ਨੋ ਹੋ ਭਰਾਵਾ, ਵੀਰੇ ਤਿੰਨੇ ਇਕੱਠੇ ਚਲਾਵਾਂਗੇ। ਆਹ ਥੂ ਕੋਈ ਸਾਹਿਬ, ਮੈਂ ਤਾਂ ਖੜਾ ਕੰਧ ਟੱਪ ਜਾਂਦਾ ਸੀ ਜਦੋਂ ਗੋਡੇ ਸਹੀ ਹੁੰਦੇ। ਉਹ ਨਾ ਉਹ ਭਰਾਵਾ ਸੇਕ ਹੀ ਬਾਹਲਾ ਜਾਂਦੇ ਤਾਂ, ਉਹ ਪੈ ਰਹੀ ਸਾਹਮਣੇ ਆ ਦਿਨ ਖੜੇ। ਉਹ ਮੈਨੂੰ ਦੇਖਣੋਂ ਹਟ ਗਿਆ ਭਰਾ, ਕਾਹੇ ਪਾ ਦੀ ਸਿੱਧੀ ਲੇਜ਼ਰ ਆ ਹਨਾ, ਇਹ ਚਾਨਣ ਹੈ ਇਹਦਾ ਪੂਰਾ। ਇਹਦਾ ਯਾਰ ਇੱਥੇ ਜੇ ਕਿਵੇਂ ਯਾਰ ਹਿਸਾਬ ਕਿਤਾਬ। ਇਹ ਜੀ ਪੁਆਇੰਟ ਤਾਂ ਬਹੁਤ ਸੀਗੇ, ਪਰ ਮੈਂ ਭਾਲਦਾ ਸੀ ਵੀ ਫੋਗਲਿਆਂ ਦੇ ਵਿੱਚ ਪੀਲਾ ਚਾਨਣ ਆ ਜਾਵੇ, ਪੀਲਾ ਚਾਨਣ ਨਹੀਂ ਮਿਲਿਆ ਆਪਾਂ ਨੂੰ ਇਹਦੇ ਵਿੱਚ। ਹੁਣ ਫਿਰ ਆਪਾਂ ਕੁਛ ਨਹੀਂ ਲਵਾ ਰਹੇ, ਚਲੋ ਕੁਛ ਨਹੀਂ ਲਵਾ ਰਹੇ, ਹੁੱਕ ਲਵਾਓ। ਕੀ ਮਾਹੌਲ ਆ ਜੀ? ਮੈਂ ਕਹਿੰਦਾ ਤੁਸੀਂ ਬਿਲਡਿੰਗ ਹੀ ਬਹੁਤ ਪੱਕੀ ਕਰ ਰਹੇ ਹੋ। ਮੈਂ ਕਿਹਾ ਹੋ ਗਏ 10 ਮਿੰਟ ਦਾ ਬਿਲਡਿੰਗ ਕਰਦੇ ਹਾਂ, ਟੋਚ ਨੇ ਪਾਉਣ ਦੀ ਸ਼ਰਤ ਆ ਆਪਣੀ ਤੋ ਜਾਂਦੀ। ਹਾਂ ਚਲੋ ਫਿਰ ਪਰਦਾ ਮੰਮੀ ਟਾਇਰ ਦਾ ਪਿਛਲਾ ਦੋ ਭਰਾ ਉਹਦਾ ਟਾਇਰ ਦਾ ਕੌਣ ਹੁੰਦਾ ਬਈ? ਆਹੋ ਟਾਇਰ 'ਚ ਫੂਕ ਨਿਕਲਦੇ ਆ, ਬਣ ਗਿਆ ਪਲੇਟ ਤਾਂ ਕੰਮ। ਹੁਣ ਬਸ ਬੰਪਰ ਵੱਢਣਾ ਰਹਿ ਜਾਣਾ ਆਪਣਾ ਸ਼ਾਹ ਜੀ। ਹਾਂਜੀ ਸਿਮਨ ਦਾ ਸੇ ਨਹੀਂ ਹੈਗਾ ਵੀ ਆਪਣੀ ਹੁੱਕ ਦੀ ਕਪੈਸਿਟੀ ਦਾ 8 ਕੁਇੰਟਲ ਦੀ ਆ, ਪੱਤੀਆਂ ਦੀ ਕਿੰਨੇ ਕੁਇੰਟਲ ਦੀ ਆ? ਇੰਨੇ ਦੀ ਇਹਨਾਂ ਦੇ ਲਾੜਾ 8 ਕੁਇੰਟਲ ਦੀ ਪੱਤੀਆਂ ਦੀ ਆ। ਬਹੁਤ ਠੀਕ ਆ ਜਿਹੜਾ ਇਹ ਵੈਲਡਿੰਗ ਆ। ਹਾਂਜੀ ਇਹ ਵੈਲਡਿੰਗ ਵੇਖ ਲਓ ਵੀ ਆਪਣਾ ਕਿੰਨੇ ਕਿਲੋ ਦਾ ਵੇਟ ਚੱਕਦਾ ਇੱਕ ਟਾਂਕਾ? ਸਫਾਈ ਮੇਰੇ ਵੀਡੀਓ ਪੂਰੀ ਉੱਤੀ ਜਾਣੀ ਆ, ਵੱਢੀ ਜਾਣੇ ਆ ਪਲੇਟ ਨੂੰ ਵੱਢੀ ਜਾਣੇ ਆ, ਜਿੰਨੀ ਉਹ ਹੁੱਕ ਦੀ ਜਗ੍ਹਾ ਵਾ ਉਨੀ ਉਨੀ ਰੱਖਣੀ ਆਪਾਂ। ਪੂਰੀ ਐਨ ਚੋੜੀ ਰੱਖਣੀ ਆ, ਜਿੰਨੀ ਐਨ ਪੂਰੀ ਹੁੱਕ ਹੁੱਕ ਦੀ ਜਗ੍ਹਾ, ਬਾਕੀ ਸਭ ਵੱਢ ਦੇਣੀ ਨਹੀਂ ਭੈੜੀ ਲੱਗੂ ਪਲੇਟ ਜੀ ਲੰਬ ਕਰੀ।
ਕੀ ਕਰ ਲੂ ਬੰਦਾ ਯਾਰ। ਮੈਂ ਹੁਣ ਤੁਹਾਨੂੰ ਆਹ ਸੁਣਾਉਣ ਲੱਗਿਆ ਸੀਗਾ, ਥਾਰ ਦੇ ਵਿੱਚ ਹੈਗੇ ਤਾਂ ਮੈਨੂੰ ਲੱਗਦਾ ਕੋਈ ਦੇਸੀ ਦੂਸੀ ਵੀ ਨੇ, ਦੋ ਧਰੇ ਹੋਏ ਨੇ ਜਾਂ ਪਤਾ ਨਹੀਂ, ਹੁਣ ਬ੍ਰਾਂਡ ਪਤਾ ਨਹੀਂ ਲੱਗ ਰਿਹਾ। ਵਿੱਚ ਬੈਠੇ ਸਵਾਦ ਲੈ ਰਹੇ ਸੀ, ਕੋਈ ਕੰਮ ਕਰਾਉਣੀ ਇਹ ਹੋਈ ਆ ਥਾਰ, ਗਾਣੀ ਲਾਏ ਆ। ਬਸ ਇੱਕ ਚੀਜ਼ ਆ ਜਿਹੜੀ ਆਪਾਂ ਨੂੰ ਹੁਣ ਸਨਰੂਫ ਨੂੰ ਮੈਨੂੰ ਬਾਈ ਰੋਕਦਾ ਸੀਗਾ, ਇਹ ਇੱਕੋ ਇੱਕ ਚੀਜ਼ ਆ ਵੀ ਮੈਨੂੰ ਸਨਰੂਫ ਨੂੰ ਅੱਜ ਤੱਕ ਹੀ ਬਾਈ ਨੇ ਰੋਕਿਆ, ਕਿਉਂ ਮੈਂ ਬਹੁਤ ਟਾਈਮ ਦਾ ਲਵਾਉਣ ਨੂੰ ਫਿਰਦਾ ਸੀ। ਬਾਈ ਦੀ ਗੱਡੀ ਸਨਰੂਫ ਲੱਗਿਆ ਜਿਹਦੀ ਵੀ ਆ, ਥਾਰ ਨਹੀਂ ਹੈਗੀ ਪਰ ਇਹ ਅੰਦਾਜ਼ਾ ਲਾ ਸਕਦੇ ਹੋ ਇਹ ਤਿਆਰੀ ਹੋਈ ਹੋਈ ਆ, ਜਾਣੀ ਕਿ ਮਤਲਬ ਦੂਜੀ ਗੱਡੀ ਹੋਈ ਆ ਕੋਈ, ਇਹ ਜਿਸ ਤਰ੍ਹਾਂ ਸਾਨੂੰ ਉਮੀਦ ਆ। ਆਹ ਦੇਖੋ ਟੇਪ ਹੋਈ ਹੋਈ ਆ ਮੈਟ, ਉਦੋਂ ਬਾਅਦ ਇਹਦੇ ਉੱਪਰ ਟੇਪ। ਆਹ ਗੱਲ ਕਰਦੇ ਜਿੰਮੀ ਆ ਗਿਆ, ਬਾਈ ਨੇ ਥੱਲੇ ਵਾਲੇ ਪਾਸੇ ਮੈਟ ਕਰਾਈ ਹੋਈ ਆ ਟੇਪ, ਉਦੋਂ ਉੱਪਰ ਵੀ ਮੈਟ ਕਰਾਈ ਹੋਈ ਆ, ਇੱਕ ਧੁੱਪ ਤੋਂ ਬਚਣ ਦੇ ਮਾਰੇ, ਕਿਉਂਕਿ ਕੂਲਿੰਗ ਹਿਸਾਬ ਦੀ ਹੋਊ ਜਾਂ ਕੁਛ ਵੀ, ਚਲੋ ਆਪਣੇ ਵਾਲੇ ਦੀ ਕੂਲਿੰਗ ਤਾਂ ਬਹੁਤ ਆ, ਪਰ ਮੈਂ ਆਹ ਚੀਜ਼ ਨੂੰ ਦੇਖ ਕੇ ਅੰਦਾਜ਼ਾ ਲਾ ਸਕਦਾ। ਨਾਲ ਛੱਤ ਦੇ ਪੱਖੇ ਲੱਗੇ ਹੋਏ ਆ ਵੀ ਬੰਦਾ ਅੱਕਿਆ ਹੋਊਗਾ, ਸਨਰੂਫ ਤੋਂ ਵੀ ਧੁੱਪ ਪਈ ਜਾਂਦੀ ਆ, ਜੇ ਗੋਫਲਣਾ ਧਮਕਾ ਤਾਂ ਨਹੀਂ ਬਾਈ ਨੇ ਕਰਾਇਆ। ਚਲੋ ਇਹ ਤਾਂ ਮੈਂ ਕਹਿੰਦਾ ਮੂਹਰੇ ਕੰਮ ਹੋ ਰਿਹਾ, ਆਹ ਸਸਪੈਂਸ਼ਨ ਵਗੈਰਾ ਦਾ ਕੰਮ ਹੋਣ ਆਈ ਆ, ਗੱਡੀ ਤਿਆਰ ਤਾਂ ਘੈਂਟ ਹੋਈ ਹੋਈ, ਆਹ ਟਾਇਰ ਪਏ ਆ ਇਹਦੇ, ਆਹ ਪਿਛਲੇ ਟਾਇਰ ਸੋਹਣੀ ਹੋਈ ਆ ਤਿਆਰ ਤਾਂ ਗੱਡੀ। 4X4 ਦਾ ਕੱਲਾ ਸਟਿੱਕਰ ਲੱਗਿਆ ਪਰ 4X4 ਹੈ ਨਹੀਂ ਇਹ। ਹੁਣ ਤਾਂ ਮੈਂ ਕਹਿੰਦਾ ਸੱਚੀ ਜਿੰਮੀ ਹਾਈਡ੍ਰੋਜਨ ਪਾਲਾ ਲਵਾ ਲੈਣੀ ਆ, ਕਿ ਉਹ ਵੀਡੀਓ ਬਣਾ ਕੇ ਪਾਉਣੀ ਆ ਤੂੰ ਯਾਰ। ਭਾਈ ਦਿਖਾ ਦਈਏ ਕਿ ਰਹਿਣ ਦੀ, ਨਹੀਂ ਦਿਖਾਓ ਦਿਖਾਓ ਯਾਰ, ਕਾਲੂ ਕੇ ਹੋ ਸਪੋਟਾਂ ਦੇਖ ਲਓ, ਚੈੱਕ ਕਰ ਲਓ ਜਿੰਨੀਆਂ ਸਪੋਟਾਂ ਕਿਸੇ ਨੇ ਲਾਈਆਂ ਆਪਣੇ ਪਿੰਡ ਵਾਲੀ ਵਰਖਾ ਤੇ ਬਣਾਉਣ ਲੱਗਣੀਆਂ ਲੋਕਾਂ ਨੇ। ਭਰਾਵਾ ਰਹਿਣ ਦੇ, ਸ਼ੀਸ਼ਾ ਆਪਣਾ ਟੁੱਟਣਾ, ਉਹਦੀ ਹੋਕ ਆ ਕੇ ਆਪਣਾ ਸ਼ੀਸ਼ੇ ਚ ਵੱਜਣੀ ਐਵੇਂ ਜਿਵੇਂ ਪਰ ਨਹੀਂ ਯਾਰ, ਭਰਾਵਾ ਸਪਰੇ ਵੀ ਉੱਬਲਦੀ ਹੈ। ਇੱਧਰ ਵੀ ਟੱਕ ਟੁੱਕ ਮਾਰਤਾ ਨਾ, ਉਹ ਪੈਸੇ ਮੇਰੇ ਸਾਂਭੇ ਪਏ ਅੱਜ ਤੱਕ ਜਿੰਨੇ ਆ ਸਾਰੇ ਸਾਂਭੇ ਪਏ ਆ, ਮੈਂ 1 ਰੁਪਏ ਲਾਇਆ ਯੂਟਿਊਬ ਤੇ, ਹਲੇ ਬਾਪੂ ਜਿੰਦਾਬਾਦ ਨਾ, ਹਲੇ ਬਾਪੂ ਜਿੰਦਾਬਾਦ, ਜਦੋਂ ਬਾਪੂ ਜਵਾਬ ਦੇ ਗਿਆ ਉਦੋਂ ਸ਼ੁਰੂ ਕਰਨੇ, ਬਸ ਔਕਣਾ ਬਾਪੂ ਕਰੇ ਜਵਾਬ ਦਿੰਦੇ ਨੀ, ਆਪਾਂ ਹੀ ਕਰੋੜਾਂ ਕਮਾ ਲੈਣੇ ਜਿੰਨੇ ਆਈ ਜਾਂਦੇ ਸੇਵ ਕਰੀ ਜਾਂਦੇ ਆ। ਬਾਕੀ ਆਹ ਚੀਜ਼ ਉਹ ਕਰਤੀ ਆ, ਮੋਰੀ ਕੱਢ ਛੱਡੀ ਊ ਹੈ ਬਾਈ। ਮੈਂ ਕਹਿੰਦਾ ਯਾਰ ਆਪਾਂ ਨਾ ਕਾਲੀ ਚਾਦਰ ਲਵਾ ਦਈਏ ਪਿੱਛੇ, ਇਹਨੂੰ ਰਹਿਣ ਦੀ ਆ ਚੀਜ਼ਾਂ ਨੂੰ, ਪਾਲੀ ਘੈਣ ਲੱਗੂ ਪਿੱਛੇ, ਜਮਾਂ ਮੋਸਟਰ ਲੁੱਕ ਜਮੇ ਆ ਨਹੀਂ ਖੜੀ, ਉਹ ਵੀ ਦੋਖਾ ਕਰ ਫਿਰ ਜਦੋਂ ਥਾਰ ਦੀ ਉਸ ਕੰਜਾ ਜਿਹਾ ਲਾਉਂਦੇ ਹੁੰਦੇ ਉਹੀ ਲਵਾ, ਆਹ ਹੁਣ ਐ ਪਿੱਛੋਂ ਤੋਂ ਲੈ ਕੇ ਤਾਂ ਤੱਕ ਟਿੱਪਣੀ ਇੱਥੇ ਕਸਾ ਦਾਂਗੇ, ਆਹ ਲੱਗ ਜੂ ਯਾਰ ਲਮੋਣ ਵਾਲੀ ਗੱਲ ਕਰੋ ਤੇ ਨਹੀਂ ਸਾਥੋਂ ਵੀ ਨਾ, ਅੱਗੇ ਫੋਰਚੂਨਰ ਦੇਖੀ ਸੀ ਨਾ ਆਪਾਂ, ਲੋਹੇ ਦਾ ਮਾਪਾ ਬੇਟਾ ਖਤਰ ਨਹੀਂ ਗਲੀ ਕਿਹੜਾ ਇਹ ਤੱਕ, ਬਸ ਆਹ ਕੰਮ ਵੀ ਆਪਦੀ ਸੇਫਟੀ ਲਈ ਕਰਾਇਆ, ਪਰ ਸੇਫਟੀ ਮੈਨੂੰ ਲੱਗਦਾ ਕੁਝ ਜ਼ਿਆਦਾ ਹੀ ਹੋ ਗਈ, ਨਹੀਂ ਇਹਨਾਂ ਦਾ ਕੰਮ ਸਿਰੇ ਲੱਗ ਗਿਆ, ਪੱਤੀਆਂ ਪੱਤੀਆਂ ਦੇ ਰਹੇ, ਇੱਧਰ ਨੂੰ ਮਰਜ਼ੀ ਦੇਖ ਲਓ। ਕਹਿੰਦੇ ਮਲਕੀਤ ਜੰਡੂ ਕਹਿੰਦੇ ਆ ਮੇਰੇ ਵੀਰੋ, ਹੈ ਮੇਰੇ ਵੀਰੋ, ਬੋਰਡ ਪੜਾ ਦਈਏ ਫਿਰ ਇੱਕ ਵਾਰੀ, ਫਿਰ ਇੱਕ ਵਾਰ ਆਹ ਕੰਮ ਕਰਾ ਕੇ ਬੋਰਡ ਪੜਾ ਦਈਏ, ਹੈ ਵੀ ਕੀ ਉਹ ਤੁਹਾਡੀ ਉਹ ਝਰੀਟ ਪੈ ਗਈ, ਇੱਧਰ ਪਾ ਦਿਓ ਬਾਈ, ਇਹਦੀ ਕਿੰਨੇ ਟਾਈਮ ਦੀ ਗਰੰਟੀ, ਲਾਈਫ ਟਾਈਮ, ਲਾਈਫ ਟਾਈਮ ਗਰੰਟੀ ਚਲੀ ਗਈ ਹੈ, ਇਹ ਤਾਂ ਸੱਚੀ ਲਾਈਫ ਟਾਈਮ ਵਾਲਾ ਕੰਮ ਹੀ ਹੋ ਗਿਆ, ਸਪੋਰਟਾਂ ਬਹੁਤ ਵਧੀਆ ਲੱਗਦੀਆਂ, ਆਪਾਂ ਪਾ ਕੇ ਖਿੱਚ ਕੇ ਦੇਖ ਲਈਏ ਪਹਿਲਾਂ ਕੁਛ, ਚਲੋ ਇਹਨੂੰ ਖਿੱਚ ਲੈਂਦੇ ਹਾਂ ਮਾਸਟਰ 02 ਨੂੰ, ਪਰ ਇਹਨੂੰ ਨਹੀਂ ਨਹੀਂ ਇਹ ਨਿਊਟਰਲ ਹੋਣ ਹੈ ਬਾਈ, ਇਹ ਨਿਊਟਰਲ ਹੋਣ, ਮੈਂ ਕਿਹਾ ਤਾਂ ਤਾਂ ਠੀਕ ਆ ਠੀਕ ਹੈ ਨਾ। ਥੱਲੇ ਵੀ ਲੱਗੂ ਏ ਉਧਰੋਂ ਗੱਲ ਲਈ ਇੱਧਰ ਲਾ ਲਈ, ਹੁਣ ਤਾਂ ਬੰਪਰ ਦੀ ਫਿਟਿੰਗ ਹੋਣੀ ਆ ਗੱਲੀ, ਉਹ ਲੈਡ ਇੱਕ ਚੱਲਦੀ ਆ ਕੱਢੀ ਹੋਈ ਉਹਨਾਂ ਨੇ, ਓਕੇ ਉਹ ਦੇਖੀ ਭਰਾਵਾ ਮੇਰੀ ਗੱਡੀ ਇੱਕ ਲੜ ਚੱਲੂ ਜਾਂ ਤੂੰ ਭਰਾਵਾ, ਬਹੁਤ ਨੇੜੇ ਉਹ ਲੈ ਕੇ ਗਿਆ ਕਿ ਪੇਤੀ ਇੰਨਾ ਟਾਇਰ ਨਾਲ ਲੱਗ ਰਿਹਾ ਬਰੋ, ਫੁੱਲ ਕਟਾਈ ਦੇ ਵੱਡੇ ਟਾਇਰ ਪਵਾ ਗਿਆ, ਉਹ ਵੀ ਨੁਕਸਾਨ ਆ, ਜਿੰਨੀ ਮਰਜ਼ੀ ਚਕਾ ਲਓ ਕਿਆ।
ਘੈਂਟ ਲੱਗਦੀ ਹੁਕ ਓਏ ਹਨਾ ਝੋਟੀ ਹੀ ਲੱਗਦੀ ਹੈ ਹਾਂ 4x4 ਵਾਲੀ ਫੀਲਿੰਗ ਜੀ ਤਾਂ ਹੁਣ ਲੱਗ ਗਈ ਫੀਲਿੰਗ ਉਹ ਭਰਾ ਵਾ ਉਹ ਤਾਂ ਪਰੇ ਖੜੀ ਹੈ ਕੋਈ ਉਹ ਭਰਾਵਾ ਤੂੰ ਬਾਹਲਿਆ ਨੇੜੇ ਲੈ ਕੇ ਆ ਰਿਹਾ ਲਾਇਕ ਕਹਿੰਦੇ ਆਉਂਦੇ ਆ ਲਾਈਟ ਦਾ ਪਰਲੀ ਦਾ ਪਲੱਗ ਕੱਢਿਆ ਹੋਇਆ ਤਾਂ ਖੜੀ ਆ ਹਾਂ ਹੋਰ ਐਵੇਂ ਨਾ ਕਿਉਂ ਖਰਾਬ ਆ ਘੈਂਟ ਲੱਗਦੇ ਹੋ ਕੇ ਯਾਰ ਬੇ ਬਸ ਵੇ ਭਰਾਵਾ ਓਏ ਬਸ ਤੱਤੇ ਚੱਲਦੇ ਆ ਜੁੱਬਰ ਕਹਿੰਦੇ ਏਜੰਸੀ ਵਾਲਾ ਕੰਮ ਮੇਰੀ ਵੀਡੀਓ 4x4 #hashtag ਫੀਡਿੰਗ 4x4 ਪਾਉਂਦੀ ਆ ਪ੍ਰਭਾਵ ਇਹ ਲਾਈਟਾਂ ਬਹੁਤ ਜ਼ਬਰਨਾਕ ਪਈਆਂ ਹੋਈਆਂ ਮੂਰੀਆਂ ਸਾਰੀ ਫੋਗ ਲੈਂਪ ਹੈੱਡ ਲੈਂਪ ਚਲਾ ਕੇ ਦਿਖਾਉਂਗਾ ਆ ਦੇਖਿਓ ਓ ਯਾਰ ਕੀ ਹੋ ਗਿਆ ਇਹ ਤਾਂ ਫੋਗ ਲੈਂਪ ਨੇ ਇਕੱਲੇ ਹੁਣ ਚੱਲੇ ਹਾਂ ਚਾਨਣ ਦੇਖੋ ਸਾਹਮਣੇ ਕਿਹੜਾ ਬੜਾ ਜ਼ੋਰੇ ਚਾਨਣ ਮੂਲੀ ਨੂੰ ਤਾਂ ਅੰਨਾ ਕਰਦੀਆਂ ਮੂਲਾ ਬੰਦਾ ਤਾਂ ਅਸਲ ਮੈਂ ਗਾਲਾਂ ਕੱਢਦਾ ਉਹ ਵੀ ਛੱਡ ਹੁਣ ਕਿਉਂ ਗਾਲਾਂ ਕੱਢ ਕੇ ਦਿਖਾਉਣੀਆਂ ਚਾਨਣ ਬੜਾ ਜ਼ਿਆਦਾ ਹੋਇਆ ਇਹਨਾਂ ਦਾ ਸਾਹਮਣੇ ਦੇਖ ਸਕਦੇ ਕਿਹੜੀਆਂ ਸੀ 120 ਵਾਟ ਆਣਾ ਇਹ ਇਕੱਲੇ ਫੋਗ ਲੈਂਪ ਹੀ ਬਹੁਤ ਆ ਮੈਂ ਕਹਿੰਦਾ ਇਹ ਤਾਂ ਬਾਕੀ ਤਾਂ ਕਿਸੇ ਦੀ ਲੋੜ ਹੀ ਨਹੀਂ ਗੀ ਹੈਂ ਆਹ ਦੇਖਿਓ ਆਹ ਲਾਈਟ ਬੰਦ ਆ ਆਹ ਇਕੱਲੇ ਫੋਗ ਲੈਂਪ ਇਹ ਜਿਵੇਂ ਆਹ ਆਹ ਇਕੱਲੇ ਨਹੀਂ ਹੈਗੇ ਸੱਚ ਆਹ ਇਕੱਲੇ ਫੋਗ ਲੈਂਪ ਨੇ ਆਹ ਉਦੋਂ ਬਾਅਦ ਆਹ ਹੈਗੇ ਆ ਲੋਅ ਬੀਮ ਆਹ ਆ ਗਿਆ ਹਾਈ ਬੀਮ ਰੋਡ 'ਤੇ ਐਡੇ ਮਤਲਬ ਜਿੱਥੇ ਤੱਕ ਦੇਖੋ ਤੁਸੀਂ ਉੱਥੇ ਤੱਕ ਹੀ ਚਾਨਣ ਆ ਹੁਣ ਆਹ ਦੇਖਿਓ ਸਾਹਮਣੇ ਜਮ੍ਹਾਂ ਬੰਦ ਕਰਕੇ ਲੈ ਲੈ ਗੱਡੀ ਲਸ਼ਕੋਰਾ ਮਾਰਨ ਲੱਗ ਜਾਂਦੀ ਸਾਹਮਣੇ ਗੜੀ ਨਹੀਂ ਨਹੀਂ ਤੁਸੀਂ ਬੋਲਣਾ ਬਾਈ ਆ ਜਾਓ ਨਹੀਂ ਨਹੀਂ ਹੁਣ ਤੁਸੀਂ ਬੋਲਣਾ ਵੀ ਕੀ ਖਰਚਾ ਆਉਂਦਾ ਨਹੀਂ ਕਿੰਨੀ ਬਣੀ ਆ ਨਹੀਂ ਨਹੀਂ ਨਾ ਬਸ ਤੈਨੂੰ ਪਤਾ ਹੀ ਆ ਖਰਚੇ ਦਾ ਕੀ ਆਇਆ ਕਿ ਨਹੀਂ ਆਇਆ 5-6-7 ਇਹ ਕੀ ਬਣਿਆ ਕਿਤੇ ਨੂੰ ਫੋਨ ਲਾਇਆ ਹੀਗਾ ਬੰਦਾ ਨਾ ਮੈਂ ਨਾ ਨਹੀਂ ਲੈਂਦਾ ਉਹਨੇ ਪਾਉਣਾ ਹੋ ਬਲੌਗ ਬੰਦਾ ਕਹਿੰਦਾ ਵੀਰੇ 7000 ਹੁੱਕ ਦੀ ਫਿਟਿੰਗ ਦਾ ਨਾਲੇ ਸਪੋਰਟਾਂ ਨਹੀਂ ਸੀ ਲੱਗਣੀਆਂ ਆਹੀ ਸਪੋਰਟਾਂ ਨਹੀਂ ਸੀ ਲੱਗਣੀਆਂ ਨਾਲੇ ਹਾਂ ਪੱਤੀਆਂ ਲੱਗਣੀਆਂ ਦੋ ਤਿੰਨ ਕੀ ਉਹ ਠੀਕ ਆ ਬਾਕੀ ਆਪਣਾ ਕੰਮ ਹੋ ਚੁੱਕਾ ਡਨ ਹੁੱਕ ਤੁਸੀਂ ਆਪਦੀ ਲਿਆ ਸਕਦੇ ਹੋ ਹੁੱਕ ਤੁਹਾਨੂੰ ਆਪਾਂ ਨੂੰ ਮਿਲੀ ਸੀਗੀ 2500 ਦੀ ਤੇ ਬਾਈ ਉਹਨਾਂ ਨੇ ਲੇਬਰ ਲਈ ਆ 1000 ਰੁਪਈਆ ਮੈਂ ਤਾਂ ਇਹੀ ਕਹਿੰਦਾ ਯਾਰ ਅਸੀਂ ਬਹੁਤ ਟੱਕਰਾਂ ਟੁੱਕਰਾਂ ਮਾਰ ਟੱਕਰਾਂ ਵੀ ਕਾਹਦੀਆਂ ਵੀਡੀਓ ਦੇਖ ਕੇ ਲੋਕਾਂ ਤੋਂ ਰੇਟ ਰੂਟ ਪੁੱਛ ਕੇ ਆਏ ਹਾਂ ਅਤੇ ਲੋਕਾਂ ਨੇ ਪੱਤੀਆਂ ਵੀ ਲੱਗੀਆਂ ਦੇਖੀਆਂ ਨੇ ਕਿਸੇ ਨੇ ਤਕੜੀਆਂ ਨੇ ਲਾਈਆਂ ਨਹੀਂ ਸੀਗੀਆਂ ਸਾਨੂੰ ਬਾਈ ਉਹਨਾਂ ਦਾ ਪਤਾ ਹੀ ਵੀ ਨਾ ਲਾਈ ਦੇਣੀਆਂ ਨੇ ਹੈ ਨਾ ਅਤੇ ਬਾਕੀ ਤੁਹਾਨੂੰ ਸਾਰੀ ਡਿਟੇਲਾਂ ਦੇ ਦਿੱਤੀਆਂ ਬਾਈ ਉਹਨਾਂ ਦੀਆਂ ਆਪਾਂ ਲਵਾ ਸਕਦੇ ਹੋ 2500 ਦੀ ਹੋਕਾ 1000 ਕੁ ਦਾ ਖਰਚਾ 2-3000 ਦਾ ਖਾਣਾ ਪੀਣਾ ਉਹ ਲੱਖ ਬਾਕੀ ਚਲੋ 1000 ਡੋਮਿਨੋ ਦੇ ਕੇ ਲਾਉਣ ਵੀ ਕਾਰਡ ਕੋਡ ਨਹੀਂ ਚੱਲਦੇ ਤਾਂ ਕੈਸ਼ ਹੀ ਲੈ ਕੇ ਆਇਓ ਬਾਕੀ ਚਲੋ ਜਿਹੜਾ ਮੋਗਾ ਦੂਰ ਆ 1000-1500 ਦਾ ਤੇਲ ਲਾ ਲਓ ਅਲੱਗ ਬਸ ਠੀਕ ਆ ਨਿਬੇੜਦੇ ਆ ਕੰਮ ਉਹ ਫਲੈਸ਼ ਚੱਲ ਪਈ ਚੱਲ ਪਈ ਸੀ ਬਾਬਿਓ ਅਤੇ ਹੁਣ ਮੈਂ ਲਾਈਟਾਂ ਦੀ ਗੱਲ ਕਰਦਾ ਸੀਗਾ ਹੁਣ ਦੇਖੋ ਲਾਈਟਾਂ ਇਹ ਤੁਹਾਡੀ ਗੱਡੀ ਲਾਈਟਾਂ ਨਾ ਪਹਿਲਾਂ ਵੀਡੀਓ 'ਚ ਕਿੰਨੀਆਂ ਉੱਚੀਆਂ ਲੱਗਦੀਆਂ ਓਏ ਯਾਰ ਗੱਡੀ ਚੱਕੀ ਕਰਕੇ ਗੱਡੀ ਚੱਕੀ ਵਾਲੀ ਆ ਮੂਹਰੋਂ ਲੈਫਟ ਵਾਲੀ ਹੋਈ ਹੋਈ ਯਾਰ ਅੱਗੇ ਸਾਡੀ ਵੀਡੀਓ ਬਹੁਤ ਚੜੀ ਜਾਏ ਮੈਂ ਕਹਿੰਦਾ 3-4 ਮਿਲੀਅਨ ਵਿਊ ਹੋ ਗਏ ਸੀ ਨਾ ਸਿੰਗਲ ਰੋਡ 'ਤੇ ਐਂ ਲਾਈਟਾਂ ਮਾਰ ਰਹੇ ਸੀ ਮੂਹਰੋਂ ਮੋਟਰਸਾਈਕਲ ਆਉਂਦਾ ਸੀ ਲੋਕਾਂ ਨੇ ਸਾਡੀ ਉਹ ਇੱਜ਼ਤ ਕੀਤੀ ਨਾ ਵੀ ਬਾਈ ਮੂਹਰੋਂ ਮੋਟਰਸਾਈਕਲ ਆਉਂਦਾ ਤੁਸੀਂ ਕਿੰਨਾ ਸੋਹਣਾ ਕੰਮ ਕਰ ਰਹੇ ਹੋ ਅਸੀਂ ਬਸ ਐਂ ਕਰ ਰਹੇ ਸੀ ਐਂ ਵੀਡੀਓ ਪਾਈ ਸੀਗੀ ਬਹੁਤ ਇੱਜ਼ਤ ਕੀਤੀ ਲੋਕਾਂ ਨੇ ਬੰਦਾ ਸਾਡਾ ਆਪਦਾ ਹੀ ਸੀਗਾ ਉਹ ਮੂਹਰੇ ਮੋਟਰਸਾਈਕਲ ਵਾਲਾ ਪਰ ਲੋਕਾਂ ਨੇ ਕਮੈਂਟਾਂ 'ਚ ਬਹੁਤ ਇੱਜ਼ਤ ਕੀਤੀ ਸੀ ਫਿਰ ਮੈਂ ਉਹਦੇ ਕਮੈਂਟ ਆਫ ਕਰਦੇ ਸੀ ਹੋਰ ਤਾਂ ਕੁਛ ਤੁਹਾਨੂੰ ਆ ਰਿਹਾ ਚਾਨਣ ਦਿਖਾਉਂਦਾ ਜੀ ਮੈਂ ਫੋਗ ਲੈਂਪ ਬੰਦ ਬੰਦ ਕਰਦੀ ਲਾਈਟਾਂ ਹੋਏ ਨਹੀਂ ਵੈਸੇ ਚਾਨਣ ਬਹੁਤ ਆ ਲਾਈਟਾਂ ਦਾ ਤੁਹਾਨੂੰ ਅਸਲ ਮੈਂ ਬ੍ਰਾਈਟਨੈਸ ਜੀ ਹਿੱਲ ਗਈ ਆ ਕੈਮਰੇ ਦੀ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਵੀ ਸਹੀ ਚੱਲ ਰਹੀ ਹੈ ਕਿ ਨਹੀਂ ਆਹ ਦੇ
ਧੁੰਦ ਵੀ ਆ ਬਾਕੀ ਆ ਸਾਹਮਣੇ ਦੇਖ ਰਹੀ ਜੀ ਪਰ ਚਾਨਣ ਬਹੁਤ ਜ਼ਿਆਦਾ ਬੰਦੇ ਨੂੰ ਆਪ ਨੂੰ ਫੀਲ ਹੁੰਦਾ ਬੈਠੇ ਨੂੰ ਪੈਸੇ ਲੈਣ ਦਾ ਮੁੱਲਾ ਬਾਈ ਜੀ ਬਾਕੀ ਚਲੋ ਆ ਗਏ ਘਰੇ ਬਾਬੇ ਧਾਕੜ ਵਗਦੀ ਆ ਮੈਂ ਤਾਂ ਕਹਿੰਦਾ ਯਾਰ ਬਾਕੀ ਹੁਣ ਬਾਈ ਜੀ ਆਪਾਂ ਵੀਡੀਓ 'ਚ ਵੀ ਪੁੱਛ ਲੈਂਦੇ ਹਾਂ ਕਿਵੇਂ ਲੱਗ ਰਹੀ ਹੈ ਜੀ ਬਾਕੀ ਸਫਾਈ ਬਹੁਤ ਆਈ ਆ ਹੋਰ ਗੱਲਾਂ ਦੀਆਂ ਗੱਲਾਂ ਰੰਗ ਰੁੰਗ ਅਸੀਂ ਨਾਲ ਹੀ ਕਰਾ ਲਿਆ ਉਹ ਟਾਇਰ 'ਤੇ ਰੰਗ ਬਦਲ ਗਿਆ ਉਹਦਾ ਮਿੰਟ 'ਚ ਲੱਭਣਾ ਨਹੀਂ ਬਾਕੀ ਇਹਦੇ ਵਿੱਚ ਪਾਉਣਾ ਕੁਛ ਨਹੀਂ ਝਰੀਟ ਨਾ ਪੈ ਜੇ ਕੋਈ ਨਾ ਝਰੀਟ ਨਾ ਪੈ ਜੇ ਇਹਦੇ ਵਿੱਚ ਪਾਉਣਾ ਕੁਛ ਨਹੀਂ ਬਸ ਸਿਰਫ ਔਰ ਸਿਰਫ ਸ਼ੋਅ ਨੂੰ ਆ ਓਕੇ ਆ ਮਾਹੌਲ ਤਾਂ ਓਕੇ ਬਰੋ ਟਾਈਮ ਤਾਂ ਸਾਨੂੰ ਕਾਫੀ ਹੋ ਗਿਆ ਕਾਫੀ ਵੀ ਨਹੀਂ 8:30 ਹੋ ਗਿਆ ਅੱਜ ਤੱਕ ਵੀ ਮੇਰੇ ਵੀਡੀਓ